ਤੇ ਕਿੱਦਾਂ ਦੋਸਤੋ, ਹੋਪ ਕਰਦਾ ਤੂੰ ਸਾਰੇ ਵਧੀਆ ਹੋਗੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਂਡ੍ਰਿਕ ਲਾਮਾਰ ਤੇ ਸਿੱਧੂ ਮੂਸੇਵਾਲੇ ਬਾਈ ਦੀ, ਸਿੱਧੂ ਮੂਸੇਵਾਲੇ ਬਾਈ ਦੇ ਅਟੈਚ ਸੌਂਗ ਦੇ ਐਕਸਪੈਕਟਡ ਰਿਲੀਜ਼ ਡੇਟ ਦੇ ਬਾਰੇ, ਤੇ ਕਰਨ ਔਜਲਾ ਬਾਈ ਦੇ ਬਾਰੇ ਵੀ ਕੁਝ ਗੱਲਾਂ ਬਾਤਾਂ ਕਰ ਲਾਂਗੇ, ਨਾਲ ਚਾਹਤ ਫਤਿਹ ਅਲੀ ਖਾਨ ਕਿਆ ਬੋਲੋ ਚਾਹਤ ਫਤਿਹ ਅਲੀ ਖਾਨ ਦੀ ਵੀ ਆਪਾਂ ਗੱਲਬਾਤ ਕਰ ਲਾਂਗੇ। ਚਲੀਏ ਸ਼ੁਰੂ ਕਰਦੇ ਹੈ। ਜਿਵੇਂ ਕਿ ਰੀਸੈਂਟਲੀ ਇੰਡੀਆ T20 ਵਰਲਡ ਕੱਪ ਜਿੱਤਾ, ਇੰਡੀਆ ਨੇ ਟਰੋਫੀ ਲੈ ਕੇ ਗਏ, ਉਹਨਾਂ ਚ ਸਭ ਨਾਲ ਜ਼ਿਆਦਾ ਮੈਨ ਆਫ ਦੀ ਮੈਚ ਬਣਨ ਵਾਲਾ ਬੈਸਟ ਬੌਲਰ ਜਸਪ੍ਰੀਤ ਬੁਮਰਾਹ ਜੀ ਨੇ ਰੀਸੈਂਟਲੀ ਆਪਣੀ ਮਦਰ ਦੀ ਟਰੋਫੀ ਦੇ ਨਾਲ ਇੱਕ ਪੋਰਟਰੇਟ ਲੀਕ ਕਰਵਾ ਕੇ ਆਪਣੇ ਇੰਸਟਾਗ੍ਰਾਮ ਤੇ ਪਬਲਿਸ਼ ਕੀਤੀ। ਇਹ ਪਿੱਛੇ ਉਹਨੇ ਸਿੱਧੂ ਮੂਸੇਵਾਲੇ ਬਾਈ ਦੀ ਡੀਅਰ ਮਾਮਾ ਟਰੈਕ ਨੂੰ ਪਲੇ ਕੀਤਾ ਹੋਇਆ ਸੀ। ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਾਰੀ ਕਾ। ਹੁਣ ਆਪਾਂ ਕਰਨ ਔਜਲਾ ਬਾਈ ਦੀ ਗੱਲ ਕਰਨ ਜਾਂਦੇ ਤੇ ਰੀਸੈਂਟਲੀ ਕਰਨ ਔਜਲਾ ਬਾਈ ਕੈਨੇਡਾ ਜਾਂ ਸਮਥਿੰਗ ਐਨੇ ਟਾਈਮ ਕਿਸੇ ਲੋਕੇਸ਼ਨ ਤੇ ਸਪੋਟ ਹੋਏ ਨੇ ਜੀ, ਠੀਕ ਹੈ। ਉੱਥੇ ਕਰਨ ਔਜਲਾ ਬਾਈ ਦੀ ਲੇਟੈਸਟ ਈਪੀ ਫਾਰਮੀ ਦੇ ਵਿੱਚੋਂ ਨੈਕਸਟ ਮਿਊਜ਼ਿਕ ਵੀਡੀਓ ਐਂਟੀਟੋਡ ਤੇ ਸ਼ੂਟ ਕਰ ਰਹੇ ਨੇ। ਤੇਰਾ ਦੇ ਪਿਆਰ ਦੀ ਦੀਵਾਨੀ, ਪਿਆਰ ਦੀ ਦੀਵਾਨੀ, ਕਿੰਨੇ ਦਿਨ ਹੋ ਗਏ ਨਹੀਂ ਉਸੋਈ। ਸੋ ਹੋਪ ਕਰਨੇ ਆਪਾਂ ਨੂੰ ਐਂਟੀਟੋਡ ਸੌਂਗ ਦੀ ਵੀਡੀਓ ਵੀ ਜਲਦ ਵੇਖਣ ਨੂੰ ਮਿਲੇਗੀ। ਗੁੱਡ ਹੋ ਗਿਆ ਜੀ। ਹੁਣ ਆਪਾਂ ਸਿੱਧੂ ਮੂਸੇਵਾਲੇ ਬਾਈ ਦੇ ਫੇਮਸ ਤੇ ਫੇਵਰਿਟ ਪ੍ਰੋਡਿਊਸਰ ਤੇ ਕਿਡ ਤੇ ਇੰਟਰਨੈਸ਼ਨਲ ਆਰਟਿਸਟ ਟ੍ਰੈਵਿਸ ਸਕੌਟ ਦੀ ਕੋਲੈਬ ਦੀ ਗੱਲ ਕਰ ਲਈਏ। ਰੀਸੈਂਟਲੀ ਕਿਡ ਬਾਈ ਨੇ ਆਪਣੀ ਇੰਸਟਾਗ੍ਰਾਮ ਤੇ ਸਟੋਰੀਆਂ ਪਾਈਆਂ ਨੇ ਜਿਹਦੇ ਚੋਂ ਟ੍ਰੈਵਿਸ ਸਕੌਟ ਦੀ ਟ੍ਰੈਕ ਨੂੰ ਪ੍ਰਮੋਟ ਕਰ ਰਹੇ ਨੇ, ਨਾਲ ਉਹਦੇ ਵਿੱਚ ਆਪਾਂ ਦ ਕਿਡ ਬਾਈ ਦਾ ਰੋਲ ਵੀ ਵੇਖ ਸਕਦੇ ਹਾਂ। ਕਿਡ ਵੱਜਦਾ ਏ ਬੀਟਾਂ ਵਿੱਚ। ਤੋਂ ਇੱਥੋਂ ਪਤਾ ਲੱਗਦਾ ਕਿ ਸਿੱਧੂ ਬਾਈ ਦੇ ਨਾਲ ਕੰਮ ਕਰਨ ਵਾਲੇ ਵੀ ਉਹਨਾਂ ਦੀ ਤਰ੍ਹਾਂ ਹਾਲੀਵੁੱਡ ਇੰਟਰਨੈਸ਼ਨਲ ਦੀ ਨੌਨ ਹੈਗੇ ਨੇ, ਇੰਟਰਨੈਸ਼ਨਲ ਲੈਵਲ ਤੇ ਕੰਮ ਕਰ ਰਹੇ ਨੇ। ਮੈਨੂੰ ਗਾਣੇ ਨਹੀਂ ਪਸੰਦ ਮੇਰੇ, ਆਈ ਡੋਨਟ ਗਿਵ ਅ ਫਕ, ਦੇਖ ਹਾਲੀਵੁੱਡ ਤੇ ਚੱਲਿਆ ਮੈਂ। ਹੁਣ ਆਪਾਂ ਸਿੰਪਸਨ ਕਾਰਟੂਨ ਚਾਹਤ ਫਤਿਹ ਅਲੀ ਖਾਨ ਦੀ ਗੱਲ ਕਰ ਲਈ, ਜਿੱਦਾਂ ਜਿਵੇਂ ਕਿ ਸਿੰਪਸਨ ਕਾਰਟੂਨ ਸੀਰੀਜ਼ ਵਾਲੇ ਮੋਸਟਲੀ ਚੀਜ਼ਾਂ ਦੀ ਪ੍ਰੈਡਿਕਸ਼ਨ ਕਰ ਦਿੰਦੇ ਨੇ ਆਪਣੀ ਪਾਸਟ ਤੇ ਪ੍ਰੀਵੀਅਸ ਐਪੀਸੋਡਸ ਦੇ ਵਿੱਚ। ਬਹੁਤ ਵਧੀਆ ਸੌਂਗ ਤੋਂ ਫੇਮਸ ਆਰਟਿਸਟ ਚਾਹਤ ਫਤਿਹ ਅਲੀ ਖਾਨ ਦੀ ਵੀ ਸਿੰਪਸਨ ਵਾਲਿਆਂ ਨੇ ਪ੍ਰੈਡਿਕਸ਼ਨ ਕੀਤੀ ਸੀ। ਇਹ ਕਿਵੇਂ ਹੋ ਗਿਆ? ਰੀਸੈਂਟਲੀ ਦੋ ਪੋਰਟਰੇਟਸ ਕੰਪੈਰੀਜ਼ਨ ਵਾਲੀਆਂ ਬੜੀਆਂ ਵਾਇਰਲ ਹੋ ਰਹੀਆਂ ਜਿਹਦੇ ਤੁਸੀਂ ਸਿਮਿਲਰ ਲੁੱਕ ਲਾਈਕ ਚਾਹਤ ਫਤਿਹ ਅਲੀ ਖਾਨ ਵਰਗੇ ਆਰਟਿਸਟ ਨੂੰ ਵੇਖ ਸਕਦੇ ਜੇ। ਅਸੰਭਵ ਹੈ, ਅਸੰਭਵ। ਇੱਥੇ ਇਹਨਾਂ ਦੋਨਾਂ ਦੇ ਗਲਾਸਿਸ ਦਾ ਸਟਾਈਲ ਸੇਮ ਹੈ, ਇਹਨਾਂ ਦੀ ਕੈਟੇਗਰੀ ਦੋਵਾਂ ਦੀ ਮਿਊਜ਼ਿਕ ਵਾਲੀ ਸਿੰਗਰ ਨੇ, ਹੇਅਰ ਸਟਾਈਲ ਬਹੁਤ ਮੈਚ ਕਰ ਰਿਹਾ ਹੈ। ਯੈਸ, ਚਾਹਤ ਫਤਿਹ ਅਲੀ ਖਾਨ ਦੇ ਬਾਰੇ ਵੀ ਪ੍ਰੈਡਿਕਸ਼ਨ ਕਰਤੀ ਸਿੰਪਸਨ ਵਾਲਿਆਂ ਨੇ। ਹੁਣ ਆਪਾਂ ਸਿੱਧੂ ਮੂਸੇਵਾਲੇ ਬਾਈ ਦੇ ਇੱਕ ਮੂਵੀ ਦਿੱਤੇ ਗਏ ਸੌਂਗ ਹਥਿਆਰ ਦੀ ਕੰਪੋਜੀਸ਼ਨ ਤੇ ਇਹਦੇ ਮੇਕਿੰਗ ਪ੍ਰੋਸੈਸ ਦੀ ਗੱਲ ਕਰ ਲਈ ਹੈ। ਰੀਸੈਂਟਲੀ ਇੱਕ ਕਲਿੱਪ ਬੜੀ ਵਾਇਰਲ ਹੋ ਰਹੀ, ਫੈਨ ਪੇਜਿਸ ਵੀ ਇਹਨੂੰ ਸ਼ੇਅਰ ਕਰ ਰਹੇ ਨੇ, ਜਿਹਦੇ ਸਿੱਧੂ ਮੂਸੇਵਾਲੇ ਬਾਈ ਆਪਣੇ ਹਥਿਆਰ ਸੌਂਗ ਦੀ ਕੰਪੋਜੀਸ਼ਨ ਬਣਾ ਰਹੇ ਨੇ ਤੇ ਨਾਲ ਉਹਦੇ ਲਿਰਿਕਸ ਦੇਖ ਕੇ ਉਹਨੂੰ ਰਾਈਟ ਡਾਊਨ ਕਰ ਰਹੇ ਨੇ। ਸੋ ਇੱਥੋਂ ਤੁਸੀਂ ਚੋਪਰ ਦੀ ਕਲਮ ਦਾ ਅੰਦਾਜ਼ਾ ਲਾਓ, ਕਿੱਦਾਂ ਕੈਂਟ ਲਿਖਦੇ ਸੀ ਬਾਈ, ਕਿੱਦਾਂ ਕੰਪੋਜ਼ ਕਰਦੇ ਸੀ ਬਾਈ ਸੌਂਗ ਦੀ। ਵੀਡੀਓ ਕਲਿੱਪ ਜੇ ਸਭ ਵੇਖੋ। ਸਾਡੇ ਕੋਲੋਂ ਸਹਿਮ ਸਹਿਮ ਜੋ ਲੰਘਦੇ ਸੀ, ਸੁਣਿਆ ਮੈਂ ਹੁਣ ਹੱਥ ਗਲਮੇ ਨੂੰ ਪਾਉਣ ਲੱਗੇ, ਬਾਜਾਂ ਬਾਜੋਂ ਦੇਖਣ ਸਮਾਨ ਸੁਨਣਾ, ਝੁੰਡ ਤਤਰਾਂ ਦੇ ਉੱਚੀਆਂ ਉੜਾ ਜੀਆਂ। ਹੁਣ ਆਪਾਂ ਸਿੱਧੂ ਮੂਸੇਵਾਲੇ ਬਾਈ ਦੇ ਅਪਕਮਿੰਗ ਸੌਂਗ ਦੀ ਗੱਲ ਕਰ ਲਈਏ, ਜੋ ਕਿ ਅਫਸਾਨਾ ਖਾਨ ਦੇ ਨਾਲ ਆਉਣਾ ਹੈ, ਠੀਕ ਹੈ, ਫਿਊਚਰ ਚ ਇਹਨੂੰ ਰਿਲੀਜ਼ ਕੀਤਾ ਜਾਏਗਾ। ਬਟ ਇਹ ਸੌਂਗ ਸਿੱਧੂ ਮੂਸੇਵਾਲੇ ਬਾਈ ਜਦੋਂ ਕੌਨਸਰਟ ਕਰ ਰਹੇ ਸੀ, ਉਦੋਂ ਆਡੀਅੰਸ ਦੇ ਵਿੱਚੋਂ ਕੁਛ ਗਰਲਸ ਨੇ ਸਿੱਧੂ ਬਾਈ ਤੋਂ ਡਿਮਾਂਡ ਕੀਤੀ ਕਿ ਅਸੀਂ ਕੌਨਸਰਟ ਵਿੱਚ ਕਲੱਬ ਦੇ ਵਿੱਚ ਵੀ ਇੱਕ ਸੈਡ ਸੌਂਗ ਸੁਣਨਾ ਚਾਹੁੰਦੇ। ਸੈਡ ਸੌਂਗ ਸੁਣਨਾ ਕਲੱਬ ਚੋਂ ਵੀ ਕਮਾਲ ਹੈ। ਸਿੱਧੂ ਬਾਈ ਨੇ ਉਹਨਾਂ ਦੀ ਫਰਮਾਇਸ਼ ਨੂੰ ਪੂਰਾ ਕੀਤਾ ਤੇ ਅਦੇ ਇਹ ਸੌਂਗ ਦੀ ਕੁਝ ਲਾਈਨਸ ਗਾ ਕੇ ਸੁਣਾਈਆਂ ਉਹਨਾਂ ਨੂੰ। ਹੋ ਜਾਂਦੀ ਵਾਰ ਦਾ ਦਿਖਾ ਜਾ ਮੁਖ ਸੋਣੀਏ। ਯਹੀ ਨਹੀਂ, ਅਭੀ ਔਰ ਸੁਣੀਏ। ਮੇਰੇ ਸਹਾਵਲੇ ਦੀਵਾਰ ਤੇ ਪਿੱਛੇ ਉਹਨਾਂ ਨੇ ਆਦਿ ਸਿੱਧੂ ਬਾਈ ਨੂੰ ਟ੍ਰਿਬਿਊਟ ਟ੍ਰੈਕ ਸਾਇੰਸ ਨੂੰ ਪਲੇ ਕੀਤਾ ਹੋਇਆ ਸੀ। ਸੋ ਹਾਈ ਇਸ ਜੱਟ 295 150 ਸੀ ਗਾਣੇ ਤੇ ਕੱਲਾ ਕੱਲਾ ਅੱਗ। ਰੀਸੈਂਟਲੀ ਸੋਸ਼ਲ ਮੀਡੀਆ ਤੇ ਕੈਂਡ੍ਰਿਕ ਲਾਮਾਰ ਇੰਟਰਨੈਸ਼ਨਲ ਆਰਟਿਸਟ ਦੀ ਇੱਕ ਸਟੂਡੀਓ ਸੈਸ਼ਨ ਦੀ ਕਲਿੱਪ ਵਾਇਰਲ ਹੋ ਰਹੀ ਸੀ, ਜਿਹਦੇ ਚ ਸਿੱਧੂ ਬਾਈ ਦਾ ਸੌਂਗ ਸੁਣ ਰਹੇ ਨੇ। ਸੋ ਇੱਥੇ ਡਾਊਟ ਤਾਂ ਕਿਤੇ ਕੀਤਾ ਨਹੀਂ ਜਾ ਸਕਦਾ, ਜਿੱਥੇ
ਤੇ ਸਿੱਧੂ ਬਾਈ ਨੂੰ ਡਰੇਕ ਸੁਣ ਸਕਦਾ ਤੇ ਡਰੇਕ ਦਾ ਰਨ ਟਾਈਮ ਰਾਈਵਲ ਕੈਂਡ੍ਰਿਕ ਵੀ ਸਿੱਧੂ ਬਾਈ ਨੂੰ ਜੋਰ ਨਹੀਂ ਸੁਣ ਸਕਦਾ, ਸੁਣਦਾ ਵੀ ਹੋਣਾ ਹੈ। ਬਟ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਜਿਹਨੇ ਸਿੱਧੂ ਬਾਈ ਦਾ ਸਟੂਡੀਓ 'ਚ ਗਾਣਾ ਚੱਲਾ ਹੋਇਆ ਹੈ ਤੇ ਕਈ ਬੰਦੇ ਇਹਨੂੰ ਫੇਕ ਵੀਡੀਓ ਵੀ ਕਹਿ ਰਹੇ ਨੇ, ਕਈ ਬੰਦੇ ਰੀਅਲ ਵੀ ਮੰਨਦੇ ਨੇ, ਬਟ ਇੱਥੇ ਮੇਰਾ ਇਹੀ ਬਿਲੀਵ ਹੈ ਕਿ ਮੈਂ ਵੀ ਰੀਅਲ ਵੀ ਹੋ ਸਕਦੀ। ਲਾਸਟ ਤੇ ਆਪਾਂ ਗੱਲ ਕਰ ਲੈਂਦੇ ਸਿੱਧੂ ਮੂਸੇਵਾਲੇ ਬਾਈ ਦੀ ਤੇ ਸਟੀਲ ਬੈਂਗਲਸ ਬਾਈ ਦੀ ਅਪਕਮਿੰਗ ਟਰੈਕ ਅਟੈਚ ਦੇ ਬਾਰੇ। ਆਹਾ, ਵਟਾ ਹਿੰਟਰਾਜ ਬੈਂਸ ਬਾਈ ਨੇ ਅਗੇਨ ਆਦੀ ਇੰਸਟਾ ਸਟੋਰੀ ਤੇ ਦਿੱਤਾ ਹੈ। ਆਉ ਟੈਨਸ਼ਨਾਂ ਚ ਪਈਆਂ ਨੇ ਸਰਕਾਰਾਂ। ਆਪਾਂ ਇੱਥੇ ਅਟੈਚ ਸੌਂਗ ਦੀ ਐਕਸਪੈਕਟਿੰਗ ਰਿਲੀਜ਼ ਡੇਟ ਦੇ ਬਾਰੇ ਪ੍ਰੈਡਿਕਸ਼ਨ ਕਰਾਂਗੇ। ਇਹ ਗਾਣੇ ਸਿੱਧੂ ਬਾਈ ਦੀ ਆਫੀਸ਼ੀਅਲ ਵੀਡੀਓ ਆਏਗੀ। ਗਾਣਾ ਕਾਈਂਡ ਆਫ ਸੈਡ ਹੋ ਸਕਦਾ ਹੈ, ਰੋਮਾਂਟਿਕ ਵੀ ਹੋ ਸਕਦਾ ਹੈ, ਬਟ ਇਹਦੇ ਚ ਮੈਂ ਵੀ ਗੈਂਗਸਟਰ ਟੱਚ ਤੁਹਾਨੂੰ ਨਾ ਵੇਖਣ ਨੂੰ ਮਿਲੇ। ਬਟ ਵੱਡੀ ਚੀਜ਼ ਹੈ ਕਿ ਸਿੱਧੂ ਬਾਈ ਦੀ ਆਫੀਸ਼ੀਅਲ ਰੀਅਲ ਲਾਈਫ ਵਾਲੀ ਅਪੀਅਰੈਂਸ ਵੇਖਣ ਨੂੰ ਮਿਲੇਗੀ। ਇਹ ਗਾਣੇ ਦੀ ਐਕਸਪੈਕਟਡ ਰਿਲੀਜ਼ ਡੇਟ ਹੈਗੀ September 1, ਕਿਉਂਕਿ September ਇਹ ਸਿੱਧੂ ਬਾਈ ਦੇ ਗਾਣੇ ਨੂੰ ਰਿਲੀਜ਼ ਹੋਏ ਨੂੰ 3 ਮਹੀਨੇ ਹੋ ਜਾਣਗੇ। ਆਪਾਂ ਵੀ ਕੁਛ ਸਮੇਂ ਦੀ ਲੈ ਸਮੇਂ ਦੇ 2-4 ਮਹੀਨਿਆਂ ਦਾ ਗੈਪ ਦੇ ਕੇ ਗਾਣਾ ਛੱਡੀ ਚੱਲਾਂਗੇ। ਸੋ ਮੈਂ ਵੀ September ਦੇ ਐਂਡ ਤੇ ਜਾਂ October ਦੀ ਫਸਟ 2 ਵੀਕਸ ਦੇ ਵਿੱਚ ਟਰੈਕ ਨੂੰ ਰਿਲੀਜ਼ ਕਰਤਾ ਜਾਏ ਵਿਦ ਵੀਡੀਓ। ਕੁੱਝ ਦਾ ਨਹੀਂ ਗੋਲੀ ਵਾਲਾ ਸੱਪ ਛੱਪਿਆ ਨਹੀਂ।